दूसरी साइड आ जाएं भाई। ਸਿਆਲਵੀ ਸਾਹਿਬ ਦਾ ਬੱਚਿਆਂ ਨਾਲ ਦੇਖੋ ਮਿਹਰਬਾਨੀ ਵਾਹ ਸਾਈਂ ਅਹਿਸਨ ਵਾਹ ਮਗਰੇ ਕੁਰਾਨ ਸ਼ਰੀਫ ਸਿਆਲਵੀ ਮੋਟਰ ਬੇਸਿਕਲੀ ਮਸਲਾ ਇਹ ਅਸਾਂ ਕਿ ਅਸੀਂ ਕਸ਼ਮੀਰ ਨੂੰ ਆ ਜਨਾਬ ਤੋਂ ਉੱਚਾ ਜਿਹੜਾ ਇੰਟਰਨੈਟ ਅਸਾਂ ਚਲਾਉਂਦੇ ਹਾਂ ਉਹ ਇੰਟਰਨੈਟ ਇੱਥੇ ਅੱਛੀ ਹੈ ਬਿਲਕੁਲ ਸਲੋ ਹੋ ਜਾਣਾ ਲਾਈਵ ਵੀਡੀਓ ਕਲੀਅਰ ਨਹੀਂ ਆ ਰਹੀ ਇੰਟਰਨੈਟ ਪ੍ਰੋਬਲਮ ਕਰਨੀ ਹੈ ਮਸਲਾ ਇਹੋ ਹੈ ਸਮਝ ਗਏ ਹੋ ਟੈਲੀ ਨਾਰ ਚਲਾਉਂਦੇ ਹਾਂ ਜੋਂਗ ਚਲਾਉਂਦੇ ਹਾਂ ਜਿਹੜਾ ਵੀ ਫੌਜੀ ਚਲਾਉਂਦੇ ਪਿਆ ਸਭ ਕਸ਼ਮੀਰ ਚਲਾਉਂਦੇ ਹਾਂ ਜਨਾਬ ਪਾਕਿਸਤਾਨੀ ਰੀਤ ਅੱਛੀ ਸਪੀਡ ਸਲੋ ਹੋ ਜਾਣੀ ਕਿਆ ਵਜ੍ਹਾ ਕਿ ਲਾਈਵ ਨਹੀਂ ਚੱਲਣਾ ਇਸ ਵਜ੍ਹਾ ਸੀ ਮਸਲਾ ਬਣਨਾ ਬਾਕੀ ਤੁਸੀਂ ਸਮਝਦਾਰ ਹੋ ਸ਼ਾਨੀ ਜੱਟ ਦੂਸਰੀ ਗੇਮ ਹੈ ਸਰ ਪਹਿਲੀ ਗੇਮ ਦਾ ਵਿਨਰ ਹੈ ਮੋਹਸਿਨ ਫਾਰੂਕ ਤਾਂ ਦੂਸਰੀ ਗੇਮ ਹੈ ਇਸ ਤੋਂ ਬਾਅਦ ਜਨਾਬ ਬੜਾ ਹੀ ਅੱਛਾ ਫਾਈਨਲ ਮੈਚ ਵੀ ਹੋ ਸੀ ਫੈਸਲ ਬੱਟੀ ਦੀ ਟੀਮ ਹੈ ਜਨਾਬ ਫਾਈਨਲ ਸ਼ਾਨੀ ਜੱਟ ਸਾਹਿਬ ਸ਼ੇਰ ਮਾਰ ਸੋ ਸਿਆਲਵੀ ਸਾਹਿਬ ਸ਼ੇਰ ਮਾਰ ਸੋ ਜਨਾਬ ਸਰ ਵੈਸੇ ਵੀ ਦਿਨੇ ਵਾਲੀ ਸਾਈਡ ਤੋਂ ਜਾ ਸਕਦਾ ਜਾਤਲਾਂ ਦੀ ਰੋਡ ਬੜੀ ਖਰਾਬ ਹੈ ਟਾਪੋ ਟਾਪ ਬਰਸਤਾ ਦਿਨੇ ਸਿਆਲਵੀ ਸਾਹਿਬ ਮੈਂ ਵੀ ਇਹੀ ਦੱਸਣਾ ਪਿਆ ਨਾ ਕਿ ਅਸੀਂ ਕਸ਼ਮੀਰ ਚਲਾਉਂਦੇ ਹਾਂ ਉੱਥੇ ਠੀਕ ਚੱਲਣਾ ਇੰਟਰਨੈਟ ਲੇਕਿਨ ਇੱਥੇ ਅੱਜ ਕੀ ਪ੍ਰੋਬਲਮ ਹੋਣੀ ਮਸਲਾ ਇਹ ਹੈ ਫਿਰ ਸਾਡੇ ਕੋਲ ਸਿਮਾਂ ਹੀ ਉਹ ਹੀ ਹੋਣੀ ਹੈ ਜਿਵੇਂ ਕਸ਼ਮੀਰ ਅਸੀਂ ਚਲਾ ਰਹੇ ਹਾਂ ਮਹਿਰ ਖਾਨ ਮੈਰੀ ਤਹਿਸੀਲ ਨਹੀਂ ਚਲੀ ਰਿਹਾ ਜੀ ਸਿਆਲਵੀ ਸਾਹਿਬ ਜਿਸ ਤਰ੍ਹਾਂ ਦੀਆਂ ਧਮਕੀਆਂ ਤੁਹਾਨੂੰ ਦੇ ਰਹੇ ਹੋ ਲੱਗਣਾ ਕਿ ਸਿੰਧੀ ਹੈ ਕਰਾਚੀ ਹੈ ਐਮ ਕਿਊ 90 ਲਾਈਵ ਬਰਾਲ ਕਰਾਂ ਜਨਾਬ ਮੈਚ ਸੈਮੀ ਫਾਈਨਲ ਹੋ ਰਿਹਾ ਉਸ ਤੋਂ ਬਾਅਦ ਫਾਈਨਲ ਹੋ ਸੀ ਫੈਸਲ ਪੱਟੀ ਦੀ ਟੀਮ ਹੈ ਇੱਦੂ ਜਿਹੜੀ ਜਿੱਤ ਸੀ ਫੈਸਲ ਪੱਟੀ ਨਾਲ ਖੇਲ ਸੀ ਵਾਹ ਸਾਈਂ ਅਹਿਸਨ ਵਾਹ ਸਾਈਂ ਅਹਿਸਨ
ਆਖਰ ਹੈ ਕੁਰਾਨ ਸ਼ਰੀਫ ਦੀ ਕੁਰਾਨ ਦੇ ਬੰਦਾ ਬਾਈ ਥੋੜ੍ਹਾ ਸਾਈਡ ਮਿਲੇ ਮਿਹਰਬਾਨੀ ਆਸਮ ਇਕਬਾਲ ਪੁਆਇੰਟ ਦੱਸਣੇ ਹਾਂ ਜੀ ਇੰਤਜ਼ਾਰ ਬਾਬਰ ਗੁੱਜਰ ਫੈਸਲ ਪੱਟੀ ਸਿੱਧਾ ਫਾਈਨਲ ਹੀ ਗਿਆ 3-1 ਅਸ਼ਰ ਅਲੀ ਪੁਆਇੰਟ ਦੱਸਣੇ ਆ ਜੀ ਰੈਫਰੀ ਸਾਹਿਬ ਪੁਆਇੰਟ ਦੱਸਣ ਨਾਮ ਸੰਗੀ ਪੁਆਇੰਟ ਦੱਸਣੇ ਆ ਜੀ ਬੱਚਾ ਕਰੋ ਠੀਕ ਹੈ ਸ਼ਾਮ ਅਮਜਦ ਜੀ ਭਾਈ ਸੈਟਿੰਗ ਸੈਟਿੰਗ ਇਸ ਗਰਾਊਂਡ ਜਾਂ ਪਤਾ ਚੱਲ ਸੀ ਫੈਸਲ ਬੱਟੀ ਨਹੀਂ ਕਿਹੜੀ ਸੈਟਿੰਗ ਹੈ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਨਵਾਜ਼ਿਸ਼ ਵੀਡੀਓ ਨੂੰ ਸ਼ੇਅਰ ਕਰ ਸਕੋ ਜੀ ਉਮੀਦ ਕਰ ਰਹੇ ਹਾਂ ਕਿ ਇੰਟਰਨੈਟ ਠੀਕ ਕੰਮ ਕਰ ਸਕੀ ਔਰ ਜੀ
ਜੀ ਮੈਂ ਪਹਿਲੀ ਗੇਮ ਵਿਨ ਕੀਤੀ ਮੈਂ ਮੋਹਸਿਨ ਫਾਰੂਕ ਸਾਈਂ ਅਹਿਸਨ ਜ਼ਾਹਿਦ ਕਰਨਾਨਾ ਬਹੁਤ ਸ਼ੁਕਰੀਆ ਮਾਦ ਯੂਸਫ ਸਾਹਿਬ ਵੀਡੀਓ ਸ਼ੇਅਰ ਕਰ ਸੋ ਜੀ ਚੋਰ ਨੂੰ ਆਪਣੀ ਬਹੁਤ ਸ਼ੁਕਰੀਆ ਫੋਟੋ ਵੇਖ ਤੇ ਸਹੀ ਵਾਹ ਸ਼ਾਮੇ ਵਾਹ ਵਾਲੇਕੁਮ ਸਲਾਮ ਤਾਰਕ ਭਾਈ ਸਾਹਿਬ ਕੀ ਹਾਲ ਹੈ ਠੀਕ ਹੋ ਤਹਿਸੀਲਦਾਰੀਆਂ ਬਕਵਾਲ ਗਾਉਣ ਦਾ ਨਾਂ ਹੀ ਜਿੱਥੇ ਮੈਚ ਹੋ ਰਿਹਾ ਜੀ ਜੀ ਸਮੋਟ ਵਾਲੀ ਵੀ ਤਗੜੀ ਹੈ ਅਤੇ ਗੁਜਰ ਕਲਾਬ ਵੀ ਤਗੜੇ ਲੇਕਿਨ ਕਮਾਲ ਸਿੰਘ ਗੁਜਰ ਜਿਹੜਾ ਪਰਫਾਰਮ ਨਹੀਂ ਕਰੀ ਰਿਹਾ ਜੀ ਤਬੀਅਤ ਵੀ ਸ਼ਾਇਦ ਕਮਾਲ ਗੁਜਰ ਜੀ ਭਾਈ ਸ਼ੁਕਰ ਅੱਲਾ ਪਾਕ ਨੂੰ ਠੀਕ ਠਾਕ ਤਾਰਕ ਅੰਦਰ ਸਹੀ ਤਰ੍ਹਾਂ ਦਾ ਮੈਚ ਹੋ ਰਿਹਾ ਜੀ ਖਾਰੀਆਂ ਬਕਵਾਸ ਤੇ ਅਸੀਂ ਖਾਰੀਆਂ ਤਾੜੀਆਂ ਮਾਰਨ ਦੇ ਬਾਲ ਚੰਗਾ ਲੱਗਾ ਹੁਣ ਜਿੱਤੇ ਮਾਰਦੇ ਨਹੀਂ ਮਾਰੀ ਸਾਰੇ ਪਤਾ ਨੀ ਕਿਉਂ ਵੀਡੀਓ ਕਲੋਜ਼ ਕਰੀ ਭਾਈ ਮੌਸਮ ਦੀ ਨੀਵੀਂ ਸਾਹਮਣੇ ਹੈ ਜਨਾਬ ਕੈਮਰਾ ਮੂਵ ਕੀਤਾ ਸ਼ਾਇਦ ਸਾਹਮਣੇ ਪਾਰਕ ਹੋ ਗਿਆ ਸਰ ਸਾਹਮਣੇ ਵਾਲੀ ਗਰਾਊਂਡ ਮੌਸਮ ਨਹੀਂ ਹੈ ਜੀ
थोड़ा पीछे होने यार। हेलो भाई, नहीं यार ब्लाइंड भाई, मेहरबानी उसी यार छोटी मेहरबानी। कोई सामने जी कमाल की हो गया आज। माड़े भी चेक करो ना मैसेज।
ਕਮਾਲ ਦਿਨ ਗੁਜਰ ਭਾਈ ਵਾਲਾ ਮਨ ਸਰਵਿਸ ਚੇਂਜ ਜੀ ਨਿੱਕੇ ਨੂੰ ਦਿਓ ਮੌਕਾ ਸੱਟ ਤੱਕੀ ਹੋਏ ਜੀ ਭਾਈ ਅਮਰ ਵੀ ਖਾ ਰਹੀ ਆ ਮੈਚ ਹੋ ਰਿਹਾ ਬਕਵਾਸ ਲੈ ਕੇ ਖਾ ਰਹੀ ਆਈ ਵੀਡੀਓ ਵੀ ਸ਼ੇਅਰ ਕਰ ਸੋ ਜੀ ਬੜਾ ਅੱਛਾ ਮੈਚ ਹੈ ਅਗਲਾ ਮੈਚ ਜੀ ਨਾ ਬੜਾ ਅੱਛਾ ਹੋ ਸੀ ਇਨਸ਼ਾਅੱਲਾ ਲਾਈਨ ਤੱਕ ਆਸਾ ਵੀਡੀਓ ਸ਼ੇਅਰ ਮਾਰ ਸੋ ਜੀ ਨਾ ਜ਼ਿਆਦਾ ਤੋਂ ਜ਼ਿਆਦਾ ਲੋਕ ਤੱਕੀ ਸਕਣ ਬਹੁਤ ਸ਼ੁਕਰੀਆ ਮਿਹਰਬਾਨੀ ਕਿਹੜੀ ਕਿਹੜੀ ਜਗ੍ਹਾ ਤੁਸੀਂ ਜਨਾਬ ਸਾਰੇ ਨਾਲ ਲਾਏ ਹੋ ਬਰਾਇ ਮਿਹਰਬਾਨੀ ਆਪਣਾ ਆਪਣਾ ਤਾਰਫ ਅਤੇ ਆਪਣੀ ਆਪਣੀ ਜਗ੍ਹਾ ਦਾ ਨਾਮ ਦੱਸੋ ਜਨਾਬ ਤਾਂ ਕਿ ਸੰਗੀ ਪਤਾ ਚੱਲਿਆ ਕਿ ਤੁਸੀਂ ਕਿਹੜੀ ਕਿਹੜੀ ਜਗ੍ਹਾ ਸਾਰੇ ਨਾਲ ਲਾਏ ਹੋ ਜੀ ਬਹੁਤ ਸ਼ੁਕਰੀਆ ਵਕਾਰ ਮਲਕ ਬਹੁਤ ਸ਼ੁਕਰੀਆ ਜਨਾਬ ਦੁਬਈ ਸੇ ਬਹੁਤ ਸ਼ੁਕਰੀਆ ਮਿਹਰਬਾਨੀ ਜੱਦਾ ਸੋਦੀਆ ਸਿਆਲਮੀ ਮੋਟਰ ਜਨਾਬ ਸ਼ੁਕਰੀਆ ਗੁਜ਼ਾਰਿਸ਼ ਸਪੈਸ਼ਲ ਥੈਂਕਸ ਤੁਸਾਨਾ ਬੈਠੇ ਜੱਦਾ ਜਨਾਬ ਨੇ ਐਵੇਂ ਸਾਨੂੰ ਧਮਕੀਆਂ ਦੇ ਜਾਣੇ ਸੋ ਯਾਤਰਾ 'ਚੋਂ ਹੀ ਗੁਜ਼ਰ ਸੋ ਸਰ ਬਕਵਾਸ ਤਹਿਸੀਲ ਖਾ ਰਹੀ ਹਾਂ ਜਡਿਆਲ ਪਠਾਟ ਵਸੀਮ ਅਹਿਮਦ ਬਹੁਤ ਸ਼ੁਕਰੀਆ ਜੀ ਕੋਟਲਾ ਅਰਬਾਬ ਅਲੀ ਖਾਨ ਡਿਸਟ੍ਰਿਕਟ ਗੁਜਰਾਤ ਤਹਿਸੀਲ ਖਾ ਰਹੀ ਹਾਂ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਆਸਮ ਫਰਾਮ ਇੰਗਲੈਂਡ ਜੀ ਪੇ ਮਿਹਰਬਾਨੀ ਜੀ ਵਿਕਾਸ ਗੁਜਰ ਸਾਹਿਬ ਮੌਸਮ ਵੀ ਜਨਾਬ ਬਿਲਕੁਲ ਸੂਰਜ ਰੋਸ਼ਨੀ ਖਤਮ ਹੋਈ ਗਈ ਹੈ ਤਕਰੀਬਨ ਸੂਰਜ ਦੀ ਬਾਕੀ ਇਸ ਵਜ੍ਹਾ ਤੋਂ ਕਲੀਅਰ ਹੈ ਇਨਸ਼ਾਅੱਲਾ ਫਾਈਨਲ ਮੈਚ ਮਜ਼ੀਦ ਬਿਹਤਰ ਹੋ ਜਾਵੇਗਾ
ਤੁਸੀਂ ਹਮਦਾ ਗੁੱਜਰ ਕੈਮਰਾ ਕਿਸ ਤਰ੍ਹਾਂ ਸਿੱਧਾ ਤਰ੍ਹਾਂ ਜਾ ਠੀਕ ਨਹੀਂ ਕਮਾਲੇ ਕਿ ਜੰਡੀ ਨਹੀਂ ਕਮਾਲੇ ਨਹੀਂ ਲੈ ਸਕਿਆ ਨੇ ਜੀ ਕਮਾਲ ਫਿੱਟ ਨਹੀਂ ਆ ਜੀ ਸਰ ਪ੍ਰਾਈਜ਼ ਦੱਸੀ ਜੋੜੋ ਹੁਣ ਦੱਸੀ ਜੋੜੋ ਲਾਈਟਿੰਗ ਅਰੇਂਜਮੈਂਟ ਹੋਈ ਰਿਹਾ ਜੀ ਫਾਈਨਲ ਮੈਚ ਇਨਸ਼ਾਅੱਲਾ ਲਾਈਟਾਂ ਜੀ ਲਾਈਟਾਂ ਦੀ ਰੋਸ਼ਨੀ ਵਿੱਚ ਵੈਸੇ ਮੈਂ ਤਾਂ ਸੋਚਿਆ ਸਿਆਲਵੀ ਮੋਟਰ ਤੁਸਾਂ ਕੋਈ ਰੱਖੇ ਆ ਦਫ਼ਤਰ ਵਗੈਰਾ ਤਾਂ ਤੁਸੀਂ ਦੁਬਈ ਬੈਠੇ ਹੋ ਸੋਚਿਆ ਮੈਂ ਸੋਚਿਆ ਸੀ ਚਲੋ ਉਸ ਕੋਲ ਕੋਈ ਕੰਮ ਕਢਾ ਸਾ ਕਿਆ ਸੋਚਿਆ ਜੀ ਜੀ ਬਿਲਾਲ ਜੀ ਬਿਲਾਲ ਮੌਸਮ ਖੇਡਾਂ ਪਿਆ ਵਾਹ ਜੀ ਵਾਹ ਕਿਆ ਬਾਤ ਹੈ ਸਾਡੇ ਵਾਸਤੇ ਵੀ ਦੁਆ ਕਰੇ ਜੀ ਉਮਰਾ ਕਰਨ ਗਏ ਉਹਦੇ ਸਪੈਸ਼ਲ ਦੁਆ ਜਨਾਬ ਮੈਂ ਨਾਂ ਸੁਣਿਆ ਸਰ ਇੰਤਜ਼ਾਰ ਕਰਨਾ ਪਏ ਸੀ ਪੁਆਇੰਟ ਦੱਸਣ ਜਨਾਬ ਰੈਫਰੀ ਸਾਹਿਬ ਦਾ ਤੁਸੀਂ ਦੱਸਣੇ ਆ ਜੀ ਵਾਹ ਮਾਨੀ ਵਾਹ ਮਾਵਾਂ ਦਾ ਇਸ਼ਰਫ ਜਨਾਬ ਖਾ ਰਹੀ ਹੈ ਮੈਚ ਹੋ ਰਿਹਾ ਇੱਥੇ ਅਸੀਲ ਖਾ ਲਈਆਂ ਤਾਂ ਗਾਓ ਨਾ ਨਾਏ ਮੰਗਵਾਲ ਪ੍ਰਾਈ ਵਾਲੀ ਗੱਡੀ ਪ੍ਰਾਈ ਮੈਂਬਰ ਸੇ ਪ੍ਰਾਈ ਕਿਹੜੇ ਟਾਈਮ ਵਿੱਚ ਜਨਾਬ ਕਿਹੜੀ ਗੱਡੀ ਕਹਿ ਨੰਬਰ ਗੱਡੀ ਨਾ ਕਹਿ ਮਾਲਕ ਦਾ ਨਾਂ ਹੈ ਮੈਂਬਰ ਟੂ ਪ੍ਰਾਈ ਅਪ੍ਰਾਈ ਟੂ ਮੈਂਬਰ ਨੋਟ ਤੇ ਨੋਟ ਫੜਾਈ ਜਾਂਦੇ ਅੱਛਾ ਅੱਛਾ ਬਾਹਰ ਜਿੱਤਾ ਨੂੰ ਤੁਹਾਡੇ ਤਰੀ ਨੂੰ ਪੁੱਛਣ ਦੋ
ਬਹੁਤ ਸ਼ੁਕਰੀਆ ਮਤੀ ਰਹਿਮਾਨ ਫੈਸਲਾਬਾਦ ਤੋਂ ਜਨਾਬ ਬਹੁਤ ਸ਼ੁਕਰੀਆ ਮਿਹਰਬਾਨੀ ਵਾਪਸ ਡਾਲੀ ਡਾਲੀ ਕਿਹੜਾ ਟਾਈਮ ਸੀ ਵਾਪਸੀ ਪ੍ਰਾਈਜ਼ ਕਿਸ ਟਾਈਮ ਨਿਕਲੇ ਸੀ ਦੇਣੇ ਜਾ ਰਿਹਾ ਜੀ 97-43 ਅਸਮਾਨ ਸਾਹਿਬ ਕੀ ਮੈਚ ਹੋ ਰਿਹਾ ਜੀ ਖਾਰੀਆਂ ਠੀਕ ਠੀਕ ਜੀ ਬਾਈ ਫੈਸਲਾਬਾਦ ਅਖਤਰ ਬਲੋਚ ਨਹੀਂ ਖੇਡ ਰਿਹਾ ਜੀ ਇਸ ਮੈਚ ਨਹੀਂ ਖੇਡ ਰਿਹਾ ਠੀਕ ਠੀਕ ਸਰ ਸ਼ਾਦੀ ਸਾਹਿਬ ਵਾਲੇਕੁਮ ਸਲਾਮ ਜੀ ਬਾਈ ਤੈਸੀ ਨਹੀਂ ਖੇਲੀ ਰਿਹਾ ਮੂਸਾ ਹੁਸੈਨ ਆਇਆ ਨਹੀਂ
شاید سٹارٹ ہو سی تب تک کے لیے اللہ حافظ سیالوی صاحب پھر ان شاء اللہ واپس آ سکتا ویورز مغرب ہو رہی ہے ان شاء اللہ مغرب تو بعد لائٹنگ ہوئی رہی ہے اس کے بعد دوبارہ میچ اسٹارٹ ہو سکی ان شاء اللہ لائیو دکھا سا جی تقریباً آدھے گھنٹے کی بریک ہو سکی اس کے بعد لائیو آپ بہت شکریہ جناب ساڑھے نال جڑے رہے سو مزید ان شاء اللہ آدھے گھنٹے کے بعد لائیو دوبارہ آئی سا جی ان شاء اللہ